ਲਗਾਤਾਰ ਲੋਕਾਂ ਦੇ ਨਾਲ ਮਿਲਣਾ ਅਤੇ ਲਗਾਤਾਰ ਲੋਕਾਂ ਦੇ ਨਾਲ ਸਾਂਝ ਹੈ ਉਹ ਬਣਾਈ ਜਾ ਰਹੀ ਹੈ। ਤਾਂ ਇਹ ਤਸਵੀਰਾਂ ਲੁਧਿਆਣਾ ਦੇ ਕੇਸਰਗੰਜ ਮਾਰਕੀਟ ਦੀ ਨੇ ਜਿੱਥੇ ਰਣਜੀਤ ਸਿੰਘ ਬਿੱਟੂ ਹੋਣੀ ਪਹੁੰਚੇ ਨੇ। ਕਿਵੇਂ ਦੇਖਦੇ ਹੋ ਸਰ ਲੋਕਾਂ ਨੂੰ ਇਸ ਵਾਰ ਕੀ ਬੀਜੇਪੀ ਦੀ ਲਹਿਰ ਕਿੱਡੀ ਗਈ ਹੈ? ਦੇਖੋ ਬੀਜੇਪੀ ਤਾਂ ਯਾਰ ਦੇਖੋ ਇਸ ਵਾਰ ਮੋਦੀ ਸਾਹਿਬ ਦੇ ਤੇ ਜੀ ਰਾਮ ਜੀ ਕਰ ਲੋਕਾਂ ਦੇ ਮਨ 'ਚ ਇੱਕ ਆਸਥਾ ਆਈ। 550 ਸਾਲ ਕਿਸੇ ਨੇ ਬਨਵਾਸ ਖਤਮ ਨਹੀਂ ਕਰਵਾਇਆ, ਇਸ ਕਰਕੇ ਲੋਕੀ ਮੋਦੀ ਜੀ ਦੇ ਨਾਲ ਨੇ, ਮੋਦੀ ਜੀ ਨੂੰ ਪਿਆਰ ਕਰਦੇ। ਸਰ ਅੱਜ ਲੋਕਾਂ ਦੇ ਵਿੱਚ ਤੁਸੀਂ ਦੁਕਾਨ ਤੇ ਜਾ ਕੇ ਵੇਚ ਰਹੇ ਹੋ, ਵਿਰੋਧੀ ਪਾਰਟੀ ਦੇ ਬਹੁਤ ਸਾਰੇ ਆਰੋਪ ਲੱਗੇ ਸੀ ਕਿ ਵੀ ਬਿੱਟੂ ਹੋਣੀ ਜਿਹੜੇ ਨੇ 10 ਸਾਲ ਤਾਂ ਨਿਕਲੇ ਨਹੀਂ, ਅੱਜ ਡੋਰ ਟੂ ਡੋਰ ਜਾ ਰਹੇ ਨੇ। ਮੈਨੂੰ ਨਹੀਂ ਪਤਾ ਵਿਰੋਧੀ ਕੀ ਕਹਿੰਦੇ, ਮੈਂ ਥੋੜੀ ਸੁਣਦਾ, ਮੇਰੇ ਕੋਲ ਟਾਈਮ ਆ। ਅਸੀਂ ਤਾਂ ਮੋਦੀ ਜੀ ਦੇ ਨਾਂ ਤੇ ਤੇ ਮੋਦੀ ਜੀ ਦੀ ਕੀ ਡਿਵੈਲਪਮੈਂਟ ਏਜੰਡਾ ਹੈ, ਕੀ ਡਿਵੈਲਪਮੈਂਟ ਕੀਤੀ ਆ, ਜੋ ਬਾਕੀ ਜਗ੍ਹਾ ਦੇ ਕੀਤੇ ਉਹ ਪੰਜਾਬ 'ਚ ਕਰਾਉਣਾ ਚਾਹੁੰਦੇ ਆ। ਇਸ ਕਰਕੇ ਉਰੇ ਕਮਲ ਦਾ ਫੁੱਲ ਪਹਿਲੀ ਵਾਰ ਲੜ ਰਿਹਾ ਤੇ ਮੈਂ ਉਹ ਮੋਦੀ ਜੀ ਵੱਲੋਂ ਲੜ। ਇਸ ਵਾਰ ਲੋਕਾਂ ਦੇ ਕੀ ਮੁੱਦੇ ਦੇਖ ਰਹੇ ਹੋ ਤੁਸੀਂ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਹੋ? ਮੁੱਦੇ ਤਾਂ ਇੱਕ ਆ, ਪੰਜਾਬ 'ਚ ਕੋਈ ਮੁੱਦਾ ਹੈ ਜਾਂ ਕਿਹੜਾ ਹੈ? ਸਭ ਤੋਂ ਵੱਡਾ ਅਮਨ ਸ਼ਾਂਤੀ ਦਾ ਮੁੱਦਾ ਹੈ, ਸਭ ਤੋਂ ਵੱਡਾ ਜਿਹੜਾ ਕਾਨੂੰਨ ਦਾ ਮੁੱਦਾ ਹੈ। ਲੋਕਾਂ ਨੂੰ ਇਸ ਵਿੱਚ ਕਿਤੇ ਪਤਾ ਨਹੀਂ ਵੀ ਕਿੱਥੇ ਲੁੱਟ ਖੋ ਹੋ ਜਾਣੀ ਆ, ਕੀ ਪੰਜਾਬ ਦੇ ਵਿੱਚ ਹੋ ਜਾਣਾ, ਕੋਈ ਸ਼ਾਂਤੀ ਨਹੀਂ ਗੀ, ਕੋਈ ਇਹ ਨਹੀਂ ਪਤਾ ਕਦ ਚੋਰੀ ਡਾਕਾ ਵੱਜ ਜਾਣਾ, ਸਭ ਤੋਂ ਪਹਿਲੀ ਉਹ ਗੱਲ ਆ। ਤੇ ਜਿਹੜੀਆਂ ਸੈਂਟਰ ਦੀਆਂ ਸਕੀਮਾਂ ਨੇ ਉਹ ਉਰੇ ਲੈ ਕੇ ਆਉਣੀਆਂ। ਜਿਹੜੇ ਲਗਾਤਾਰ ਬੀਜੇਪੀ ਦੇ ਕਈ ਥਾਵਾਂ ਤੇ ਵਿਰੋਧ ਵੀ ਹੋ ਰਹੇ ਨੇ, ਉਹ ਕੀ ਲੱਗਦਾ ਹੈ ਕਿ ਉਹਦੇ ਵਿੱਚ ਕੋਈ ਸਾਜਿਸ਼ ਹੋ ਸਕਦੀ ਹੈ ਹੋਰ ਪਾਰਟੀਆਂ ਦੀ ਜਾਂ ਫਿਰ ਕੀ ਹੋ ਰਹੀ ਹੈ? ਨਹੀਂ ਨਹੀਂ, ਉਹ ਕਰ ਸਕਦੇ ਆ, ਡੈਮੋਕ੍ਰੇਸੀ ਆ, ਲੋਕਤੰਤਰ, ਸਭ ਸਭ ਦਾ ਕੁਝ ਸਭ ਕੁਝ। ਪੂਰੀ ਇਕੱਲਾ ਇਕੱਲਾ ਟ੍ਰੇਡਰ, ਇਕੱਲਾ ਇਕੱਲਾ ਦੁਕਾਨਦਾਰ, ਇਕੱਲਾ ਇਕੱਲਾ ਲੁਧਿਆਣੇ ਦਾ ਜਿਹੜਾ ਵੋਟਰ ਆ ਮੋਦੀ ਜੀ ਨੂੰ ਵੋਟ ਕਰਨਾ ਚਾਹੁੰਦਾ। ਤੁਹਾਡੇ ਬਿਲਕੁਲ ਸਾਹਮਣੇ ਰਾਜਾ ਬੜਿੰਗ ਉਹਨਾਂ ਨੂੰ ਖੜਾ ਕਰ ਦਿੱਤਾ ਗਿਆ, ਸਰ ਕਿਵੇਂ ਦੇਖਦੇ ਹੋ? ਉਹਨਾਂ ਦੀ ਪਾਰਟੀ ਦਾ ਕੰਮ ਆ, ਕੈਂਡੀਡੇਟ ਆਉਣੇ ਹੀ ਹੁੰਦੇ ਆ। ਗੱਲਬਾਤ ਲੋਕਾਂ ਨਾਲ ਵੀ ਕਰਾਂਗੇ ਜਿੱਥੇ ਰਵਨੀਤ ਸਿੰਘ ਬਿੱਟੂ ਹੋਣੀ ਡੋਰ ਟੂ ਡੋਰ ਜਾ ਰਹੇ ਨੇ, ਲੋਕਾਂ ਨਾਲ ਮਿਲ ਰਹੇ, ਲੋਕਾਂ ਦੀ ਰਾਏ ਵੀ ਲੈਣੇ। ਸਰ ਕਿਵੇਂ ਦੇਖਦੇ ਹੋ ਰਵਨੀਤ ਸਿੰਘ ਬਿੱਟੂ ਹੋਣੀ ਜਿਹੜੇ ਅੱਜ ਡੋਰ ਟੂ ਡੋਰ ਸਾਰਿਆਂ ਨੂੰ ਮਿਲ ਰਹੇ? ਬਹੁਤ ਅੱਛਾ ਲੱਗ ਰਿਹਾ ਸਰ, ਬਹੁਤ ਵਧੀਆ ਕੰਮ ਕਰ ਰਹੇ, ਬਹੁਤ ਵਧੀਆ ਲੱਗ ਰਿਹਾ। ਪਹਿਲਾਂ ਜਦੋਂ ਆਏ ਸੀ ਉਦੋਂ ਕਾਂਗਰਸ ਦੇ ਵਿੱਚ ਸੀਗੇ, ਪਰ ਅੱਜ ਬੀਜੇਪੀ ਦੇ ਵਿੱਚ ਹੈ, ਕੁਛ ਤੁਹਾਨੂੰ ਫਰਕ ਲੱਗਦਾ? ਮੋਦੀ ਲਹਿਰ ਹੈ ਜੀ, ਮੋਦੀ ਲਹਿਰ ਕਰਕੇ ਸਭ ਖੁਸ਼। ਹਾਂ, ਇੱਧਰ ਤੋਂ ਮੋਦੀ ਲਹਿਰ ਹੈ ਜੀ, ਬਿੱਟੂ ਬਿੱਟੂ ਸਾਹਿਬ ਸੀਟ ਕੱਢਣਗੇ, ਕੱਢਣਗੇ ਹਰ ਹਾਲ 'ਚ ਕੱਢਣਗੇ। ਹਾਂਜੀ, ਮੋਦੀ ਲਹਿਰ ਹੈ, ਮੋਦੀ ਲਹਿਰ ਆ। ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਵੀ ਜਿਹੜੇ ਕਾਂਗਰਸ ਦੇ ਵਿੱਚ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ, ਇਸ ਕਰਕੇ ਲੋਕ ਬਹੁਤ ਨਾਰਾਜ਼ ਨੇ, ਪਰ ਅੱਜ ਮਾਰਕੀਟ ਦੇ ਵਿੱਚ ਕੋਈ ਨਾਰਾਜ਼ਗੀ ਨਹੀਂ, ਸਭ ਖੁਸ਼ ਵਰਕਰ ਹੈ, ਬੀਜੇਪੀ ਦਾ ਵਰਕਰ ਵਰਕਰ ਹੈ। ਕਿਵੇਂ ਦੇਖ ਰਹੇ ਹੋ ਕਿ ਅੱਜ ਰਵਨੀਤ ਸਿੰਘ ਬਿੱਟੂ ਹੋਣੀ ਡੋਰ ਟੂ ਡੋਰ ਸਾਰਿਆਂ ਨੂੰ ਮਿਲ ਰਹੇ ਨੇ, ਕੀ ਖੁਸ਼ੀ ਹੈ ਕਿ ਕਾਂਗਰਸ ਦੇ ਵਿੱਚ, ਕਾਂਗਰਸ ਤੋਂ ਬੀਜੇਪੀ ਦੇ ਵਿੱਚ ਜਾਣ ਦਾ ਗੁੱਸਾ ਗਿਲਾ ਵੀ? ਕੋਈ ਗੁੱਸਾ ਗਿਲਾ ਨਹੀਂ ਜੀ, ਵਧੀਆ ਪਾਰਟੀ ਹੈ, ਚਾਹੇ ਨੇ, ਅੱਛੀ ਗੱਲ ਹੈ, ਘਰ ਵਾਪਸੀ ਹੈ ਸਮਝ ਲਓ, ਔਰ ਇਹ ਮੋਦੀ ਜੀ ਦਾ ਇਹੀ ਕਾਰਨਾਮਾ ਹੈ ਕਿ ਇਹ ਕਾਂਗਰਸ ਛੱਡ ਕੇ ਆਏ ਨੇ। ਸਰ ਮੋਦੀ ਜੀ ਨੂੰ ਕਿਉਂ ਪਸੰਦ ਕਰਦੇ ਤੁਸੀਂ ਸਾਰੇ? ਹਿੰਦੁਸਤਾਨ ਦਾ ਨਕਸ਼ਾ ਬਦਲਤਾ ਮੋਦੀ ਨੇ, ਹਿੰਦੁਸਤਾਨ ਦਾ ਨਕਸ਼ਾ, ਆਈ ਵਰਲਡ ਦੇ ਵਿੱਚ ਕਿੰਨੀ ਤਾਕਤ ਬਣ ਗਈ ਹਿੰਦੁਸਤਾਨ, ਕੋਈ ਜਾਣਦਾ ਨਾ ਸੀ ਵਰਲਡ ਦੇ ਵਿੱਚ ਹਿੰਦੁਸਤਾਨ ਨੂੰ। ਕੋਈ ਫਰਕ ਨਹੀਂ, ਕੋਈ ਫਰਕ ਨਹੀਂ, ਇਹ ਪੋਲੀਟੀਕਲ ਸਟੰਟ ਹੈ ਸਾਰਾ, ਜਿਹੜੇ ਕਿਸਾਨ ਬੈਠੇ ਹੈ ਨਾ, ਇਹ ਵੀ ਇਹਨਾਂ ਦੀ ਦੇਣ ਹੈ ਬਿਠਾਉਣ ਦੀ। ਸਰ ਕਿਵੇਂ ਦੇਖਦੇ ਹੋ ਕਿ ਅੱਜ ਡੋਰ ਟੂ ਡੋਰ ਰਵਨੀਤ ਸਿੰਘ ਬਿੱਟੂ ਨੇ ਤੁਹਾਨੂੰ ਸਾਰਿਆਂ ਨੂੰ ਮਿਲ ਰਹੇ, ਕੀ ਖੁਸ਼ੀ ਹੈ ਕਿ ਜਾਂ ਫਿਰ ਕਾਂਗਰਸ ਤੋਂ ਬੀਜੇਪੀ ਦੇ ਵਿੱਚ ਜਾਣ ਦਾ ਕੋਈ ਗੁੱਸਾ ਗਿਲਾ? ਇਹ ਸਾਨੂੰ ਬਹੁਤ ਖੁਸ਼ੀ ਹੈ, ਇੱਕ ਅੱਛੇ ਨੇਤਾ ਲੁਧਿਆਣਾ ਉਹਨਾਂ ਨੂੰ ਚੁਣ ਗਿਆ, ਨੂੰ ਅੱਗੇ ਭੇਜਣ, ਅਸੀਂ ਇਹੀ ਉਮੀਦ ਕਰਦੇ ਹਾਂ। ਜਿਵੇਂ ਪਹਿਲਾਂ ਜਦੋਂ ਡੋਰ ਟੂ ਡੋਰ ਹੋਏ ਹੋਣੇ ਆ 10 ਸਾਲਾਂ ਦੇ ਵਿੱਚ, ਉਦੋਂ ਕਾਂਗਰਸ ਦੇ ਵੀ ਸੀਗੇ, ਪਰ ਅੱਜ ਬੀਜੇਪੀ ਦੇ ਵਿੱਚ ਨੇ, ਕੋਈ ਬਦਲਾਵ ਲੱਗਦਾ ਹੈ ਕਿ ਤੁਹਾਡੇ ਕੋਲ ਆਏ ਨੇ ਕਿ ਅੱਜ ਬੀਜੇਪੀ ਦੇ? ਨਹੀਂ, ਇਹ ਤਾਂ ਬਦਲਾਵ ਤਾਂ ਸਾਰੀ ਦੁਨੀਆ ਚਾਹੁੰਦੀ ਵੀ ਹੋਏ ਆ, ਸਾਰਾ ਹਿੰਦੁਸਤਾਨ ਚਾਹੁੰਦਾ। ਕੀ ਬਦਲਾਵ ਕਰ ਸਕਦੇ ਨੇ ਹੁਣ ਬੀਜੇਪੀ ਦੇ ਵਿੱਚ ਆ ਕੇ? ਦੇਖੋ, ਦੇਸ਼ ਦੀ ਤਰੱਕੀ ਵਾਸਤੇ ਸਭ ਕੁਝ ਕਰ ਸਕਦੇ ਆ। ਖੁਸ਼ ਹੋ? ਬਿਲਕੁਲ, 100%। ਸਰ ਤੁਸੀਂ ਖੁਸ਼ ਹੋ? ਮੈਂ ਖੁਸ਼ ਹੈਗਾ ਜੀ। ਸਰ ਕਿਵੇਂ ਦੇਖਦੇ ਹੋ ਕਿ ਅੱਜ ਰਵਨੀਤ ਸਿੰਘ ਬਿੱਟੂ ਨੇ ਤੁਹਾਡੇ ਕੋਲ ਸਾਰਿਆਂ ਨੂੰ ਆ ਕੇ ਮਿਲ ਰਹੇ ਨੇ?
ਬਹੁਤ ਵਧੀਆ ਲੱਗ ਰਿਹਾ ਜੀ, ਉਹਨਾਂ ਜਿੱਤੇ ਜਿੱਤੇ ਹੈਗੀ ਜੀ। ਕੋਈ ਫਰਕ ਨਜ਼ਰ ਆਇਆ ਕਿ ਜਦੋਂ ਪਹਿਲਾਂ ਆਏ ਸੀ ਬੀਜੇਪੀ ਦੇ ਵਿੱਚ ਨਹੀਂ ਸੀ, ਕਾਂਗਰਸ ਦੇ ਵਿੱਚ ਸੀਗੇ ਅਤੇ ਹੁਣ ਬੀਜੇਪੀ ਦੇ ਵਿੱਚ ਆ ਕੇ ਤੁਹਾਡੇ ਨਾਲ ਹੀ ਮਿਲ ਰਹੇ ਨੇ, ਪਹਿਲਾਂ ਤੁਸੀਂ ਕਾਂਗਰਸ ਨੂੰ ਜਿਤਾਇਆ ਸੀ, ਕੀ ਹੁਣ ਬੀਜੇਪੀ ਨੂੰ ਜਿਤਾਓਗੇ? ਅਸਲ ਬਿੱਟੂ ਜੀ ਨੂੰ ਜਿਤਾਵਾਂਗੇ ਜੀ, ਬੀਜੇਪੀ ਜਿਤਾਵਾਂਗੇ ਬੀਜੇਪੀ ਨੂੰ। ਮਤਲਬ ਬਿੱਟੂ ਜੀ ਜਿੱਧਰ ਜਾਣਗੇ ਤੁਸੀਂ ਬਿੱਟੂ ਜੀ ਨੂੰ ਵੋਟ ਪਾਉਣੀ? ਅਸੀਂ ਬੀਜੇਪੀ ਨੂੰ ਪਾਵਾਂਗੇ ਵੋਟ ਜੀ, ਬਿੱਟੂ ਜੀ ਨੂੰ ਪਾਵਾਂਗੇ ਨਾਲ। ਬਹੁਤ ਖੁਸ਼ੀ ਹੈ ਭਾਜੀ, ਬਹੁਤ ਖੁਸ਼ੀ ਹੈ ਜੀ, ਬੀਜੇਪੀ ਨਾਲ ਸਮਰਥਨ ਸਾਡਾ ਪੂਰਾ ਜੀ, ਬਿੱਟੂ ਨਾਲ ਸਮਰਥਨ ਪੂਰਾ ਸਾਡਾ ਭਾਜੀ।